लुधियाना च दरेसी थाने दे मोहल्ला बिश्नुपुरी च बुजुर्ग औरत दी स्नैचर बालियां खो के फरार। सीसीटीवी च घटना रिकॉर्ड। पुलिस दे दावे खोखले, पुलिस सुरक्षा दे दावे करती है लुधियाना, लेकिन किस तरह लूटपाट की घटनावां लुधियाने च वापर रही हैं। इस तरह की घटनावां कुछ समय पहला हब्बोवाल इलाके च हुई, कुछ दिन पहला इस तरह स्नैचिंग की घटना हुई। हुण दोबारा एक बुजुर्ग औरत दी जिहड़ी कन्नां दी दोनों वालियां लेके स्नैचर फरार हो गए। सारी घटना सीसीटीवी च रिकॉर्ड होने के बाद भी अजे कथित आरोपी पुलिस की गिरफ्त तो बाहर हैं। पुलिस दावे कर रही है जल्द ही कथित स्नैचरां नूं काबू कर लिया जाएगा। बस मैं ना गई सी जिदा सौदा लैन गई सी दुकान ते, ते सौदा की झाड़ू ही सी फुल झाड़ू मैं लैके ते आई। मैं चल आउंदी उहदी डिपो वाली नूं कणक पुछ के जांदी आ ते अज मिलनी है कि नहीं आही पुछना सी मैं ते ओ मैं उत्थे मैं जाण लगी गली विच मोड़ च मैं ओ खड़ गई। ओह जाण पछाण दीआं दो जनानियां आ रहीआं सी, मैं चल इहनां नूं पुछ लैंदी आ ते इत्थों मैं वापस हो जाऊंगी घर नूं। ते ओ हले जनानियां पिछे ही, ओह बंदा पहले ही आया अगे नूं लंघ गया ते इह नहीं मैनूं पता सी कि इह जणी मेरे नाल इस तरह करूगा। मैनूं की पता सीगा, ओह पिछों आया, पिछों आ के बालियां खोल के ते जणी इधर नूं चार नंबर गली विच इक इक जणा सीगा मोटरसाइकिल स्टार्ट सी उहदे उत्ते बैठ के ते चले गए दौड़ गए। हुण गए हाँजी उन्हें मूँह मास्क लाए वा मूँह ते एक जणे ने पग भी बन्नी सीगी जिहड़ा मोटरसाइकिल चला रहा। ਹੁਣ ਇਹ ਹੁਣ ਕੀ ਅਸੀਂ ਕੀ ਕਹਿ ਸਕਦੇ ਹਾਂ, ਅਸੀਂ ਬਾਹਰ ਤਾਂ ਨਿਕਲੀ ਦਾ ਵੀ ਬਹੁਤ ਘੱਟ ਆ। ਆ ਕਿਤੇ ਮੜ ਜੇ ਸੌਦਾ ਲੈਣ ਜਾਈਦਾ ਆ ਦਿਨ ਨੂੰ, ਸਵੇਰੇ ਦੇ ਟਾਈਮ ਦੁਕਾਨਾਂ ਛੇਤੀ ਬੰਦ ਹੋ ਜਾਂਦੀਆਂ। ਮੈਂ 10:10 12 ਮਿੰਟ ਦਾ ਟਾਈਮ ਸੀਗਾ ਜਦ ਮੈਂ ਗਈ ਹਾਂ। ਇਸ ਤੋਂ ਪਹਿਲਾਂ ਵੀ ਇੱਥੇ ਤੁਹਾਡੇ ਮੁੰਡੇ ਜੀ ਕੋਈ ਵਾਰਦਾਤ ਹੋਈ ਸੀਗੀ? ਇਹ ਅੱਗੇ ਇੱਧਰ ਉਹ ਪਰੇ ਨੂੰ ਸੀ ਜਨਾਨੀ ਇਸੇ ਗਲੀ ਦੀ ਸੀ, ਕਹਿੰਦੇ ਉਹਦੀਆਂ ਵੀ ਵਾਲੀਆਂ ਲਾਈਆਂ ਸੀ। ਹਾਂਜੀ ਉਹਦੀਆਂ ਵੀ ਕਹਿੰਦੇ ਵਾਲੀਆਂ ਉਹ ਹੋਈ ਅੱਗੇ ਨੂੰ ਜਾ ਕੇ ਆ ਪੁਲੀ ਤੋਂ ਫੌਜੀ ਲਵਾਈ ਤੋਂ ਸੇਖਿਆਲ ਵੱਲ ਨੂੰ ਹੋਈ ਹੈ। ਹਾਂਜੀ ਅਸੀਂ ਮੌਕੇ 'ਤੇ ਪਹੁੰਚੇ ਸੀ, ਉੱਥੇ ਦੇਖਿਆ ਸੀ ਸੀ ਟੀ ਵੀ ਫੁਟੇਜ ਕਬਜ਼ੇ 'ਚ ਲਈ ਹੈ, ਜਿਹੜੀ ਕਿ ਅਜੇ ਥੋੜ੍ਹੀ ਕਲੀਅਰ ਨਹੀਂ। ਉਹਦੇ ਵਿੱਚ ਇੱਕ ਸਰਦਾਰ ਲੜਕਾ ਹੈ ਅਤੇ ਇੱਕ ਮੋਨਾ ਲੜਕਾ ਹੈ, ਜਿਹੜੇ ਉਹ ਦੋਨੇ ਉਹ ਲੇਡੀਜ਼ ਦੀਆਂ ਵਾਲੀਆਂ ਖਿੱਚ ਕੇ ਲੈ ਕੇ ਜਾਂਦੇ। ਉਹਦੀ ਫੁਟੇਜ ਲੈ ਕੇ ਸਾਈਬਰ ਸੈੱਲ ਨੂੰ ਭੇਜ ਦਿੱਤੀ ਹੈ ਕਲੈਰਿਟੀ ਵਾਸਤੇ, ਜੋ ਕਿ ਮੋਟਰਸਾਈਕਲ ਦਾ ਨੰਬਰ ਆ ਉਹ ਵੈਰੀਫਿਕੇਸ਼ਨ ਹੋ ਸਕੇ ਪੂਰਾ। ਉਹ ਉਹਦੇ ਲੇਡੀਜ਼ ਦੇ ਬਿਆਨਾਂ ਦੇ ਮੁਤਾਬਕ ਉਹਦੀਆਂ ਵਾਲੀਆਂ ਸੀ ਸੋਨੇ ਦੀਆਂ, ਉਹ ਖਿੱਚ ਕੇ ਲੈ ਗਏ ਨੇ। ਤਫਤੀਸ਼ ਸਾਡੀ ਜਾਰੀ ਹੈ, ਬਸ ਜਦੋਂ ਵੀ ਉਹਦੀ ਆ ਜਾਂਦੀ ਹੈ ਸੀ ਸੀ ਟੀ ਵੀ ਫੁਟੇਜ ਦੀ ਕੋਈ ਉਹਦੀ ਹਿੰਟ ਆ ਜਾਂਦਾ ਤਾਂ ਅਸੀਂ ਸਖਤੀ ਕੀਤੀ ਹੈ ਵੈਸੇ ਉਸ ਏਰੀਏ ਦੀ ਪੂਰਾ, ਬਾਕੀ ਹੋਰ ਵੀ ਚੈੱਕ ਕਰ ਰਹੇ ਕੋਈ ਸੀ ਸੀ ਟੀ ਵੀ ਦੀ ਫੁਟੇਜ ਆ ਜਾਂਦੀ ਹੈ ਅਤੇ ਉਹਦੇ ਵਿਹਾਰ 'ਤੇ ਕਾਰਵਾਈ ਕੀਤੀ ਜੋ ਵੀ ਬਣਦੀ ਕਾਰਵਾਈ ਹੈ ਜੋ ਵੀ। ਉਹ ਮੈਂ ਹੁਣ ਦੋ ਚੱਕਰ ਮਾਰਿਆ ਕੁਦਰਤੀ, ਅਸੀਂ ਗਸਤ ਨੋਰਮਲੀ ਉਸ ਏਰੀਏ 'ਚ ਸੀ, ਥੋੜ੍ਹਾ ਜਿਹਾ ਦੂਰ ਸੀ ਅਸੀਂ, ਅਸੀਂ ਤਕਰੀਬਨ 10-12 ਮਿੰਟ ਦੇ ਅੰਦਰ ਉੱਥੇ ਪਹੁੰਚ ਗਏ ਸੀ ਮੌਕੇ 'ਤੇ। ਸਾਡੀ ਪੀ ਸੀ ਆਰ ਵੀ ਪਹੁੰਚ ਗਈ ਸੀ, ਅਸੀਂ ਸਾਰੇ ਉੱਥੇ ਏਰੀਏ 'ਚ ਕਵਰ ਕੀਤਾ ਸੀ ਪੂਰਾ, ਪਰ ਉਹ ਸੀ ਸੀ ਟੀ ਵੀ ਫੁਟੇਜ ਦੇ ਆਧਾਰ 'ਤੇ ਕਾਰਵਾਈ ਕਰ ਰਹੇ ਹਾਂ। ਉੱਦਾਂ ਵੀ ਅਸੀਂ ਹੁਣ ਦੇਖਿਆ ਇੱਕ ਦੋ ਸ਼ੱਕੀ ਜੋ ਵੀ ਹੈ ਸਰ ਅਸੀਂ ਕਰ ਰਹੇ ਹਾਂ ਉਹਨਾਂ 'ਤੇ ਕਾਰਵਾਈ, ਜੋ ਵੀ ਕਾਰਵਾਈ ਬਣ ਗਈ। ਬਿਊਰੋ ਰਿਪੋਰਟ, ਸਮਾਣਾ ਨਿਊਜ਼, ਲੁਧਿਆਣਾ।